ਫਤਿਹਗੜ੍ਹ ਚੂੜੀਆਂ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਮਨਾਇਆ ਪ੍ਰਕਾਸ਼ ਉਤਸਵ। ਫਤਿਹਗੜ੍ਹ ਚੂੜੀਆਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਤਿਹਗੜ੍ਹ ਚੂੜੀਆਂ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਰਕੂਲਰ ਰੋਡ ਵਿਖੇ ਸਥਿਤ ਗੁਰਦੁਆਰਾ ਸਾਧ ਸੰਗਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਾਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਧ ਸੰਗਤ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਥਾਂ ਥਾਂ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਕਾਲ ਪੁਰਖ ਨੂੰ ਸਮਰਪਿਤ ਗੁਰਦੁਆਰਾ ਸਾਧ ਸੰਗਤ ਫਤਿਹਗੜ੍ਹ ਚੂੜੀਆਂ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਾਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਅੱਜ ਸਜਾਇਆ ਗਿਆ, ਜੋ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਵਾਪਸ ਸਾਧ ਸੰਗਤ ਗੁਰਦੁਆਰਾ ਵਿਖੇ ਸਮਾਪਤ ਹੋਏਗਾ। ਇਸ ਵੇਲੇ ਨਗਰ ਕੀਰਤਨ ਬਾਗ ਮਾਰਕੀਟ ਦੇ ਨਜ਼ਦੀਕ ਪੜਾਵਰ ਲੰਗਰ ਛਕ ਰਿਹਾ। ਗੱਲਬਾਤ ਕਰਦੇ ਹਾਂ ਬਾਬਾ ਮਨਿੰਦਰ ਸਿੰਘ ਜੀ ਦਾ, ਕਿ ਅੱਜ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਸੀਗਾ, ਕਿਸ ਤਰ੍ਹਾਂ ਦਾ ਅੱਜ ਪ੍ਰੋਗਰਾਮ ਹੋਊਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਜੀਵ ਮੁਨੀ ਦੇ ਮਾਲਕ ਸੋਝੀ ਸੁਲਤਾਨ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸਮੁੱਚਾ ਜਗਤ ਬੜੀ ਸ਼ਰਧਾ ਭਾਵਾਂ ਦੇ ਨਾਲ ਮਨਾਉਣ ਜਾ ਰਿਹਾ। ਸੋ ਅੱਜ ਸ਼ਹਿਰ ਫਤਿਹਗੜ੍ਹ ਚੂੜੀਆਂ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਸਮੂਹ ਵੱਲੋਂ ਰਲ ਮਿਲ ਕਰਕੇ ਇੱਕ ਨਗਰ ਕੀਰਤਨ ਦਾ ਉਪਰਾਲਾ ਕੀਤਾ ਕਿ ਜੋ ਸ਼ਹਿਰ ਦੇ ਮੇਨ ਬਾਜ਼ਾਰ ਵਿੱਚੋਂ ਵੀ ਹੋਇਆ ਹੁਣ ਬਾਗ ਮਾਰਕੀਟ ਵਿਖੇ ਪਹੁੰਚਿਆ ਹੈ। ਸੋ ਸੰਗਤਾਂ ਵੱਲੋਂ ਬਹੁਤ ਭਾਰੀ ਉਤਸ਼ਾਹ ਦਿਖਾਇਆ ਗਿਆ। ਸੰਗਤਾਂ ਵੱਲੋਂ ਪੰਜ ਪਿਆਰੇ ਸਾਹਿਬਾਨਾਂ ਅਤੇ ਰਸਤੇ ਵਿੱਚ ਵੱਖੋ ਵੱਖਰੇ ਪੜਾਅ ਕਰਕੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਗਿਆ ਜੀ। ਸੰਗਤਾਂ 'ਚ ਹਰ ਸ਼ਰਧਾ ਵੇਖਣ ਨੂੰ ਮਿਲੀ ਹੈ। ਸੋ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਭਾਵਨਾ ਉਦਮ ਬਲ ਬੁੱਧ ਬਖਸ਼ਿਸ਼ ਕਰਦੇ ਰਹਿਣ, ਤਾਂ ਜੇ ਇਹੋ ਜਿਹੇ ਉਪਰਾਲੇ ਗੁਰਪੁਰਬ ਅਗਾਂਹ ਤੋਂ ਹੋਰ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਰਹਿਣਾ ਚਾਹੀਦਾ। ਜੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਧਾਂਤ ਹੈ ਸੇਵਾ ਅਤੇ ਭਾਵਨਾ ਦਾ, ਉਹ ਅੱਜ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲਿਆ। ਥਾਂ ਥਾਂ ਦੇ ਉੱਤੇ ਜੋ ਲੰਗਰ ਪੜਾ ਲੱਗੇ ਨੇ, ਸੋ ਉਹ ਸਾਰੀ ਜੋ ਤਿਆਗ ਦੀ ਮੂਰਤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੀ ਇਹ ਸੇਵਾ ਭਾਵਨਾ ਕਰਕੇ ਉਹਨਾਂ ਨੂੰ ਗੁਰਗੱਦੀ ਮਿਲੀ ਸੀ, ਸੋ ਅੱਜ ਸੰਗਤਾਂ ਵਿੱਚ ਵੇਖਣ ਨੂੰ ਮਿਲਿਆ ਜੀ। ਸੋ ਸਾਰੀਆਂ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਸੇਵਾ ਭਾਵਨਾ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲੈ ਕੇ ਆਉਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ, ਅੱਜ ਤਾਂ ਬੜਾ ਧੰਮਣਾ ਦਿਨ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਇਹ ਜੀ ਬੜੀ ਕਿਰਪਾ ਜੀ ਇਹ ਇਲਾਕੇ ਦੀ, ਜਿਹੜਾ ਇਹ ਨਾਕਾ ਪੂਰਾ ਜਿਹੜਾ ਵਾ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਿਹਾ ਵਾ, ਬੜੀ ਖੁਸ਼ੀ ਦੀ ਗੱਲ ਵਾ। ਅਤੇ ਬੜਾ ਹੁੰਮ ਹਮਾ ਕੇ ਲੋਕਾਂ ਨੇ ਸਹਿਯੋਗ ਕੀਤਾ ਜੀ, ਬੜੀ ਸੰਗਤ ਇੱਥੇ ਹਾਜ਼ਰ ਹੋਈ ਆ। ਅਤੇ ਪਹਿਲੀ ਵਾਰੀ ਇਹੋ ਜਿਹਾ ਨਗਰ ਕੀਰਤਨ ਨਿਕਲਿਆ, ਜੇ ਤਾਂ ਪਹਿਲਾਂ ਅਸੀਂ ਇੰਨਾ ਨਗਰ ਕੀਰਤਨ 'ਚ ਜੋਸ਼ ਨਹੀਂ ਦੇਖਿਆ। ਬੜਾ ਹੁੰਮ ਹਮਾ ਕੇ ਪੂਰੇ ਇਲਾਕੇ ਨੇ, ਸ਼ਹਿਰ ਦੀਆਂ ਸੰਗਤਾਂ ਨੇ ਸਹਿਯੋਗ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਹਿਰ ਫਤਿਹਗੜ੍ਹ ਚੂੜੀਆਂ ਦੀ ਸਾਰੀ ਸੰਗਤ ਵੱਲ ਰਲ ਮਿਲ ਕੇ ਗੁਰਦੁਆਰਾ ਸਾਹਿਬ ਸੰਗਤ ਵਿੱਚੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਹਦੇ ਵਿੱਚ ਸਾਰੇ ਸ਼ਹਿਰ ਦੀਆਂ ਸੰਗਤਾਂ ਨੇ ਬਹੁਤ ਹੀ ਸਹਿਯੋਗ ਦਿੱਤਾ। ਸਾਰੀ ਸੰਗਤ ਬਹੁਤ ਹਮੀ ਆ ਕੇ ਪਹੁੰਚੀ ਹੈ, ਸਾਰੇ ਗੁਰੂ ਰਾਮਦਾਸ ਮਹਾਰਾਜ ਦਾ ਜਸ ਗਾਇਨ ਕਰ ਰਹੇ ਨੇ। ਸੋਢੀ ਸੁਲਤਾਨ ਪਿਤਾ ਦੇ ਪਾਵਨ ਪਿਤਰ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सब तो पहला सरबत इलाका निवासियों शहर निवासियों धन धन श्री गुरु रामदास जी के प्रकाश पुरब दिया लख लख वधाइया हो। नगर कीर्तन समूह संगत वालों श्री गुरु रामदास जी के प्रकाश पुरब को समर्पित सजाया गया है जिस में शहर दी सारिया संगत शामिल ने ते नाल ही जिस तरह शहर में वख वख जगह पर हर धर्मां दे लोग इस विच शामिल होए ने सारे ने मिल के संग नगर कीर्तन का स्वागत किया संगतां की सेवा की है वो बहुत शलाघाजोग है क्योंकि गुरबाणी कहती एक पिता एक सके आम बारिक वो परमात्मा एक है वह वाहेगुरु एक है असी सारे उसके बच्चे हैं। इस करके जिस तरह सारे ने मिल के गुरु रामदास जी का प्रकाश दिहाड़ा मना सहयोग दिता मैं सारे का बहुत बहुत धन्यवादी हाँ कि गुरु रामदास जी के चरणों से अरदास करता है कि सारे चढ़ती कला बख्श नाम सिमरन वाला गुरसिखी जीवन बख्शिश कर। वाहेगुरु जी का खालसा वाहेगुरु। धन धन श्री गुरु रामदास साहब जी के गुरपुरब दिया सब फतेहगढ़ चूड़िया की संगतों को मेरे वालों लख लख मुबारक। अज गुरद्वारा साध संगत वालों नगर कीर्तन फतेहगढ़ चूड़िया में लैके जा रहे हैं तो संगतों में बच्चे बजुर्ग में सारे में भारी उत्साह वा तो बहुत धूमधाम ना मना रहे हैं। फतेहगढ़ चूड़िया दी सब संगतों मेरे वालों लख लख मुबारक। श्री वाहेगुरु जी का खालसा वाहेगुरु जी की फतेह। ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ।